ਜੇ ਬਫਲੋ ਬਿੰਗਸ ਅੱਜ ਅਸੀਂ ਟਰਾਈ ਕਰਨੇ ਨੇ ਅਸੀਂ ਸਮੁੰਦਰ ਦੇ ਨਾਲ ਹੈਗਾ ਰੈਸਟੋਰੈਂਟ ਉਹਨਾਂ ਦਾ ਬਫਲੋ ਬਿੰਗਸ ਦੇਖਦੇ ਹਾਂ ਕਿ ਬਫਲੋ ਬਿੰਗਸ ਕੀ ਚੀਜ਼ ਹੈਗੀ ਹੈ ਇਹਦੇ ਕੀ ਮਜ਼ੇ ਲੈਂਦੇ ਨੇ ਲੋਕ ਅਸੀਂ ਵੀ ਅੱਜ ਖਾ ਕੇ ਦੇਖਦੇ ਬਫਲੋ ਬਫਲੋ ਬਿੰਗ ਵੈਸੇ ਮੈਂ ਦੋ ਤਿੰਨ ਮਜ਼ੇ ਲਿੱਤੇ ਨੇ ਪਹਿਲੇ ਸਮੁੰਦਰ ਨਾਤਾ ਇੰਜੋਏ ਕੀਤੀ ਹੈ ਨਾ ਨਾ ਕਿ ਥੱਕ ਗਿਆ ਭੁੱਖ ਲੱਗਣਾ ਸ਼ੁਰੂ ਹੋ ਗਈ ਹੈ ਹੁਣ ਬਫਲੋ ਬਿੰਗਸ ਖਾਣ ਲੱਗੇ ਹਾਂ ਦੇਖੀ ਇਹਦੀ ਕੀ ਇੰਜੋਏ ਹੈਗੀ ਹੈ ਅੱਲੋ ਇਹ ਸਭ ਬਫਲੋ ਵਿੰਗਸ ਸਪਾਈਸੀ ਵਿੰਗਸ ਹੁੰਦੇ ਨੇ ਮਿਰਚ ਮਸਾਲੇ ਵਾਲੇ ਓਏ ਓਏ ਚਟਪਟੇ ਮਜ਼ੇਦਾਰ ਵਿੰਗਸ ਨੂੰ ਜਿੱਦਾਂ ਵਿੰਗਸ ਮੁਰਗੀ ਦੇ ਵਿੰਗਸ ਨਹੀਂ ਹੁੰਦੇ ਜਿਹੜੇ ਮੁਰਗੀ ਦੇ ਅਸੀਂ ਸ਼ੋਲਡਰ ਜਿਵੇਂ ਬੰਦੇ ਦੇ ਹੁੰਦੇ ਨੇ ਮੁਰਗੀ ਦੇ ਵੀ ਵਿੰਗਸ ਕੀ 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 ਬਫਲੋ ਵਿੰਗਸ ਚੋਈ ਸਾਹਿਬ ਇਹ ਰੈਸਟੋਰੈਂਟ ਦਾ ਨਾਂ ਹੈਗਾ ਤੇ ਬਫਲੋ ਵਿੰਗਸ ਸਪਾਈਸੀ ਵਿੰਗਸ ਨੂੰ ਕਹਿੰਦੇ ਨੇ ਜਿਹੜੇ ਮਿਰਚ ਵਾਲੇ ਵਿੰਗਸ ਹੁੰਦੇ ਨੇ ਸਪਾਈਸੀ ਵੀ ਤੇ ਨਾਰਮਲ ਵੀ ਹੁੰਦੇ ਨੇ ਕਿ ਸਪਾਈਸੀ ਹੁੰਦੇ ਨੇ ਸਿਰਫ ਇਹਨਾਂ ਕੋਲ ਦੋਵੇਂ ਹੁੰਦੇ ਨੇ ਚਲੋ ਸਪੈਸੀ ਵੀ ਦੇਖਦੇ ਹਾਂ ਤੇ ਨਾਰਮਲ ਵੀ ਖਾ ਕੇ ਵੇਖਦੇ ਹਾਂ ਕੀ ਮਜ਼ੇ ਨੇ ਤੇ ਕੀ ਇੰਜੋਏ ਨਾਰਮਲ ਤੇ ਕਾਫੀ ਸਾਰੇ ਖਾਦੇ ਆ ਸਪੈਸੀ ਖਾਣੇ ਨੇ ਹਾਲਾਂਕਿ ਮੈਨੂੰ ਸਪੈਸੀ ਤੋਂ ਬਹੁਤ ਮਿਰਚਾਂ ਤੇਜ਼ ਨਹੀਂ ਅੱਛੇ ਲੱਗਦੀਆਂ ਅੱਜ ਲੇਕਿਨ ਮੈਂ ਖਾ ਲੈਣੀਆਂ ਨੇ ਕਿਉਂਕਿ ਮੈਂ ਸਮੁੰਦਰ ਤੇ ਆਇਆ ਤਾਂ ਮੇਰਾ ਦਿਲ ਕਰ ਰਿਹਾ ਮਿਰਚਾਂ ਵਾਲੀ ਕੋਈ ਚੀਜ਼ ਖਾਵਾਂ ਵਿੰਗ ਸੋਈ ਸਪੈਸੀ ਆ ਜਦੋਂ ਤੋਂ ਮੈਂ ਦੁਬਈ ਆਇਆ ਸਪੈਸੀ ਨਹੀਂ ਖਾਦਾ ਵਿੰਗ ਸਪੈਸੀ ਖਾਣ ਲੱਗਿਆ ਕਿ ਉਹਦਾ ਜਿਹੜਾ ਮੂੰਹ ਦਾ ਜ਼ਾਇਕਾ ਚੇਂਜ ਹੋ ਜਾਏ ਚਟਪਟਾ ਜਿਹਾ ਹੋ ਜਾਏ ਕਿਉਂਕਿ ਜਦੋਂ ਦੀ ਅਸੀਂ ਆਏ ਹਾਂ ਨਾਰਮਲ ਖਾ ਰਹੇ ਹਾਂ ਇਸ ਸਮੁੰਦਰ 'ਤੇ ਆਏ ਹਾਂ ਤਾਂ ਵਿੰਗਸ ਮਿਲਿਆ ਜਦੋਂ ਵਿੰਗਸ ਜਦੋਂ ਸਪੈਸੀ ਖਾਵਾਂਗੇ ਜਦ ਜ਼ਾਇਕਾ ਹਾਜ਼ਮਾ ਚੇਂਜ ਹੋ ਜਾਏਗਾ ਨਾ ਮਜ਼ਾ ਵੀ ਆਏਗਾ ਗੁਲਸ਼ੇਰ ਭਾਈ ਇਹ ਬਫਲੋ ਵਾਈਲਡ ਵਿੰਗਸ ਜਿਹੜੇ ਹੈਗੇ ਨਾ ਇਹ ਅਮਰੀਕਾ ਦਾ ਹੋਟਲ ਹੈਗਾ ਜਿੱਥੇ ਬੈਠੇ ਤੁਸੀਂ ਅੱਛਾ ਇਹ ਅਮਰੀਕਾ ਦਾ ਹੋਟਲ ਹੈਗਾ ਸਮੁੰਦਰ ਦੇ ਕਿਨਾਰੇ ਨਾਲ ਹੋ ਗਈ ਕਿਆ ਬਾਤ ਜਨਾਬ ਸਮੁੰਦਰ ਦੇ ਕਿਨਾਰੇ ਨਾਲ ਹੋਟਲ ਉਹਨੇ ਬਣਾਇਆ ਉਹ ਵੀ ਦੁਬਈ 'ਚ ਬੜੀ ਗੱਲ ਹੈ ਜਨਾਬ ਕਿੱਡੀ ਪਿਆਰੀ ਛਤਰੀ ਹੈ ਬਾਰਿਸ਼ ਵੀ ਨਹੀਂ ਹੋ ਰਹੀ ਤੇ ਛਤਰੀ ਖੁੱਲੀ ਹੋਈ ਹੈ ਸਮਝ ਨਹੀਂ ਆਇਆ ਕਿਉਂ ਛਤਰੀਆਂ ਲਾਈਆਂ ਨੇ ਜਦ ਸਾਹਿਬ ਇੱਥੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਧੁੱਪ ਦੀ ਵਜ੍ਹਾ ਤੋਂ ਲਾਈਆਂ ਅੱਛਾ ਧੁੱਪ ਦੀ ਵਜ੍ਹਾ ਤੋਂ ਲਾਈਆਂ ਮੈਂ ਕਿਆ ਬਾਤ ਹੈ ਯਾਰ ਛਤਰੀਆਂ ਵੀ ਦੇਖੋ ਕਿੰਨੀਆਂ ਸੋਹਣੀਆਂ ਬਲੈਕ ਅੱਛਾ ਜੇ ਨੇ ਬਫਲੋ ਵਿੰਗਸ ਬਹੁਤ ਹੀ ਆ ਜ਼ਬਰਦਸਤ ਇਹ ਸੋਹਣੀ ਟੇਰੇ ਸਜਾਈ ਇਹ ਕੀ ਹੈ ਸਰ ਚੋਈ ਸਾਹਿਬ ਇਹ ਤੁਸੀਂ ਹੱਥ 'ਚ ਪਾ ਕੇ ਤੇ ਫਿਰ ਖਾਣਾ ਦਸਤਾਨੇ ਪਲਾਸਟਿਕ ਦੇ ਚੜਾ ਕੇ ਖਾਣਾ ਖਾਣਾ ਤੇ ਡਾਕਟਰ ਜੇ ਆਪਰੇਸ਼ਨ ਨਹੀਂ ਕਰਦੇ ਤੁਸੀਂ ਦਸਤਾਨੇ ਚੜਾ ਲੈਣੇ ਉਹ ਤਦ ਖਾਈ ਦੇਣਾ ਨਾ ਕਿ ਤਾਂ ਕਿ ਤੁਹਾਡੇ ਹੱਥ ਕਿਉਂਕਿ ਇਹਦੇ ਤੇ ਸੌਸ ਵਗੈਰਾ ਲੱਗੀ ਹੁੰਦੀ ਹੈ ਤੇ ਹੱਥ ਜਿਹੜੇ ਮੈਲੇ ਨਾ ਹੋਣ ਹੱਥ ਨਾ ਗੰਦੇ ਹੋਣ ਅੱਛਾ ਹੋ ਜੇ ਨਾ ਵੀ ਅੱਜ ਪਹਿਲੀ ਦਫਾ ਪਾ ਕੇ ਵੇਚਦੇ ਦਸਤਾਨੇ ਨਾਲ ਖਾਣਾ ਯਾਰ ਜਦੋਂ ਅਸੀਂ ਉਂਗਲੀਆਂ ਖਾਣਾ ਖਾ ਕੇ ਚੱਟਨੇ ਇਹ ਉਹਨਾਂ ਦੇ ਸ਼ਾਬਾਸ਼ ਦਸਤਾਨੇ ਚਟਿਆ ਕਰਾਂਗੇ ਔਰ ਇਸ ਟਾਈਮ ਦਾ ਮਤਲਬ ਅਸੀਂ ਵਿੰਗਸ ਦੇ ਡਾਕਟਰ ਬਣ ਗਏ ਹਾਂ ਦਸਤਾਂ ਦੇ ਬਾਅਦ ਖਾਣਾ ਖਾਵਾਂਗੇ ਸਾਡੇ 'ਚ ਐਂ ਵੇਖੋ ਨਾ ਗੁਲਦਸਤਾ ਇਹਦੇ ਫੁੱਲ ਪੇਸ਼ ਕਰਦੇ ਹਾਂ ਦੋਸਤਾਂ ਨੂੰ ਇਹ ਇੱਥੇ ਚੋਰੀ ਕਾਂਟੇ ਪੇਸ਼ ਕੀਤੇ ਹੋਏ ਨੇ ਕੀ ਬਾਤ ਹੈ ਜਨਾਬ ਯਾਰ ਕੈਸੀ ਗੱਲ ਹੈ ਇਹ ਜ਼ਿੰਦਗੀ ਦਾ ਪਹਿਲੀ ਦਫਾ ਇਹ ਖਾਣਾ ਮੈਂ ਖਾਣ ਲੱਗਾ ਇੰਨੀ ਜ਼ਿੰਦਗੀ ਲੰਘ ਗਈ ਕਿ ਦਸਤਾਨੇ ਚੜਾ ਕੇ ਖਾਣਾ ਖਾਣਾ ਅੱਜ ਇਹ ਵੀ ਮਜ਼ਾ ਲਿਆ ਕੇ ਵੇਖ ਲੈਂਦੇ ਕਿ ਕੀ ਮਜ਼ਾ ਆਉਂਦਾ ਨਾਲ ਖਾਣ ਦਾ ਵੈਸੇ ਜਿਹੜੇ ਮਾਮਾ ਆਉਂਦੇ ਨੇ ਉਹ ਵੀ ਇਹ ਚੜਾ ਕੇ ਨਾ ਅਕਸਰ ਮਾਲਸ਼ਾ ਮੁਲਸ਼ਾ ਖਾਦੇ ਨੇ ਸ਼ਬਦ ਚੜਾ ਕੇ ਅਕਸਰ ਮਿਠਾਈਆਂ ਦੁਕਾਨਾਂ 'ਤੇ ਕੋਈ ਐਸੀ ਜਗ੍ਹਾ ਹੁੰਦੀ ਹੈ ਜਿੱਥੇ ਛਾਪੇ 'ਚ ਚੜਾ ਕੇ ਖਾਦ ਅੱਜ ਸਾਨੂੰ ਵੀ ਖਾਣੇ ਪੈ ਰਹੇ ਨੇ ਅਸੀਂ ਤਾਂ ਚਮਚੇ ਨਾਲ ਬੜੀ ਮੁਸ਼ਕਿਲ ਨਾਲ ਖਾਂਦੇ ਹਾਂ ਅੱਜ ਦਸਤਾਨੇ ਖਾਂਦੇ ਰਹੇ ਹਾਂ ਜਦੋਂ ਅਸੀਂ ਹੱਥਾਂ ਨਾਲ ਹੀ ਲੱਗੇ ਰਹਿੰਦੇ ਹਾਂ ਕਿੱਡਾ ਪਿਆਰਾ ਖਾਣਾ ਇੰਝ ਲੱਗ ਰਿਹਾ ਜਿਵੇਂ ਪਕੌੜੇ ਆ ਗਏ ਨੇ ਪਿੱਛੇ ਸਮੁੰਦਰ ਨਜ਼ਰ ਆ ਰਿਹਾ ਸਮੁੰਦਰ ਦੇ ਕੋਲ ਬਹਿ ਕੇ ਜਿਵੇਂ ਪਕੌੜਿਆਂ ਦਾ ਨਹੀਂ ਮਜ਼ਾ ਲੈਂਦੇ ਸੀ ਠੰਡ ਦੇ ਵਿੱਚ ਇੰਝ ਇਹਨਾਂ ਦਾ ਮਜ਼ਾ ਲਾਂਗੇ ਅੱਜ ਇੱਥੇ ਬਹਿ ਕੇ ਟ੍ਰੇ ਕਰੀਏ ਇਹਨਾਂ ਦੇ ਵਿੱਚ ਖਾਣਾ ਰੱਖ ਕੇ ਖਾਣਾ ਵਾਹ ਜੀ ਵਾਹ ਕਿਆ ਬਾਤ ਹੈ ਯਾਰ ਜ਼ਬਰਦਸਤ ਕਿਆ ਬਾਤਾਂ ਨੇ ਜਨਾਬ ਅੱਛਾ ਇੰਝ ਲੱਗਦੇ ਜੇ ਸਮੋਸੇ ਨਹੀਂ ਹੁੰਦੇ ਸਮੋਸੇ ਟੈਪ ਇਹ ਜੀ ਇਹ ਮੁਰਗੀ ਦੇ ਪਲ ਨੇ ਜੀ ਅੱਛਾ ਨਾ ਖੀਰਾ ਅਤੇ ਨਾਲ ਇਹ ਵੀ ਦਿੱਤਾ ਹੈ ਸਲਾਦ ਵਗੈਰਾ ਤੱਕ ਮਿਰਚਾਂ ਤੇਜ਼ ਨਾ ਲੱਗਣ ਨਾਲ ਰਾਇਤਾ ਦਿੱਤਾ ਹੈ ਨਾਲ ਸਟੀਲ ਦੀ ਟ੍ਰੇ ਬੜੀ ਪਿਆਰੀ ਵੀ ਆਈ ਪੀ ਵਧਾ ਕੇ ਦਿੱਤੀ ਨੇ ਕਿਆ ਵੱਡਾ ਮਾਸ਼ਾਅੱਲਾ ਟਿਸ਼ੂ ਹੈ ਉੱਤੇ ਲਿਖਿਆ ਹੈ ਬਫਲੋ ਵਾਈਸ ਵਿੰਗ ਕਿਆ ਯਾਰ ਮਜ਼ੇ ਨੇ ਪਤਾ ਤਾਂ ਲੱਗਿਆ ਨੇ ਯਾਰ ਕੁ ਸਫਾਈਆਂ ਨੇ ਖਾਣੇ ਦਾ ਮਜ਼ਾ ਵੀ ਆਉਂਦਾ ਬੰਦੇ ਨੂੰ ਖਾਣ ਦਾ ਖੂਬਸੂਰਤੀ ਇੰਨੀ ਹੈ ਕਿ ਬੰਦੇ ਦਾ ਧੱਕੇ ਨਾਲ ਦਿਲ ਕਰਦਾ ਅਗਰ ਨਹੀਂ ਨਾ ਭੁੱਖ ਲੱਗੀ ਕਿ ਧੱਕੇ ਨਾਲ ਦਿਲ ਕਰਕੇ ਇਹਨੂੰ ਖਾਵਾਂ ਯਾਰ ਕੋਈ ਗੱਲ ਨਹੀਂ ਫਿਰ ਭੁੱਖ ਲੱਗ ਜਾਂਦੀ ਦੇਖਣ ਲੱਗਿਆ ਹੁਣ ਤੁਸੀਂ ਜੋ ਇਹਦੇ 'ਚ ਖਾਣਾ ਫੜ ਕੇ ਆਪਣੀ ਪਲੇਟ 'ਚ ਰੱਖੋ ਠੰਡਾ ਹੋ ਰਿਹਾ ਤੁਸੀਂ ਵੀ ਛੱਡ ਪਹਿਲੇ ਨੂੰ ਰੱਖੋ ਨਾ ਪਕਾ ਮੋਦੀ ਇਹ ਵੀ ਚੈੱਕ ਕਰਾਂਗੇ ਇਹ ਵੀ ਚੈੱਕ ਕਰਾਂ ਵਾਹ
ਬਿਸਮਿਲਲਾਹਿਰਰਹਿਮਾਨਿਰਰਹੀਮ ਇੱਕ ਹੈ ਇੱਕ ਹੈ ਇੱਕ ਹੈ ਅਸੀਂ ਸੋਕੇ ਹੋਏ ਬਹੁਤ ਸਪੈਸਿਫਿਕ ਹੈ ਮਿਰਚਾਂ ਬਹੁਤ ਤੇਜ਼ ਨੇ ਇਹਦੇ 'ਚ ਮੈਂ ਕਿਹਾ ਨਾਰਮਲ ਮਿਰਚਾਂ ਹੋਣੀਆਂ ਹੁਣ ਤਾਂ ਇੰਝ ਲੱਗ ਰਿਹਾ ਜਲਨ ਸਾੜ ਪੈਰਦਾ ਪਿਆ ਇੰਨੀਆਂ ਮਿਰਚਾਂ ਨੇ ਉਹਦੇ 'ਚ ਲੇਕਿਨ ਮੈਂ ਖਾ ਜਾਣੀ ਇਹਨੇ ਕੋਈ ਮਸਲਾ ਹੈ ਦੇਖੀ ਜਾਈ ਜੋ ਹੋਏਗਾ ਗਰਮ ਗਰਮ ਅਤੇ ਤਾਜ਼ਾ ਤਾਜ਼ਾ ਹੈਗਾ ਹੈ ਮੁਲਕਣਾ ਟਾਈਮ ਜਿਵੇਂ ਸਾਡੇ ਪਕੌੜੇ ਨਹੀਂ ਮੁਲਕਦੇ ਹੁੰਦੇ ਇਹ ਚਿਕਨ ਮੁਲਕਣਾ ਹੈਗਾ ਮੈਂ ਬੜਾ ਖੱਟਾ ਜਿਹਾ ਇਹਦਾ ਖਰੇ ਖੱਟੀ ਚਟਨੀ ਪਾਈ ਨੇ ਬੜਾ ਮਜ਼ੇਦਾਰ ਹੈ ਮੁਲਕਣੇ ਜਿਵੇਂ ਕੋਈ ਨਹੀਂ ਕਬਾਬ ਬਣਾਉਂਦੇ ਅਸੀਂ ਕਬਾਬਾਂ ਜਿਹਾ ਬਣੇ ਹੋਏ ਨੇ ਕੀ ਹੈਗਾ ਦੂਸਰਾ ਵੀ ਦੇਖਦੇ ਹਾਂ ਇਹਦਾ ਕੀ ਜ਼ੈਕ ਹੈ ਵੀ ਬਹੁਤ ਅੱਛਾ ਹੈਗਾ ਇਹਦੇ ਮਿਰਚਾਂ ਤੇਜ਼ ਨੇ ਇਹਦੇ ਘੱਟ ਨੇ ਜਿਹੜਾ ਮਜ਼ਾ ਲੈਣਾ ਚਾਹੁੰਦੇ ਹੋ ਤੁਹਾਡੇ ਅੱਗੇ ਚੀਜ਼ ਹਾਜ਼ਰ ਹੈ ਦੋਨੇ ਚੀਜ਼ਾਂ ਖਾਓ ਅਤੇ ਮਜ਼ਾ ਲਵੋ ਚਟਨੀ ਵੀ ਦੇਖਦੇ ਆ ਕੇ ਇਹਦੇ ਨਾਲ ਕੀ ਸਵਾਦ ਹੈ ਵਾਹ 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 ਕਿਆ ਬਾਤ ਜ਼ਬਰਦਸਤ ਕਿਆ ਬਾਤ ਹੈ ਚਟਨੀ ਪਾਸ ਕਰਤੀ ਤੁਸੀਂ ਅੱਛਾ ਇਹਨਾਂ ਨਾਲ ਚਟਨੀ ਬੜੀ ਖੱਟੀ ਵੀ ਆਈ ਪੀ ਜੀ ਹੈਗੀ ਆ ਚਟਨੀ ਜ਼ਿਆਦਾ ਮਜ਼ੇਦਾਰ ਜ਼ੈਕੇਦਾਰ ਭੁੱਖ ਲੱਗੀ ਹੋਈ ਨਾ ਪਤਾ ਨਹੀਂ ਲੱਗ ਰਿਹਾ ਜ਼ੈਕਾ ਬਹੁਤ ਅੱਛਾ ਅੱਛਾ ਲੱਗ ਰਿਹਾ ਇਹੀ ਆਰਡਰ ਅਗਰ ਅਸੀਂ ਦਿੱਤਾ ਹੁੰਦਾ ਨਾ ਆਪਣੇ ਮੁਲਕ ਦੇ ਵਿੱਚ ਅਸੀਂ ਇਹਨੂੰ ਕਹਿਣਾ ਯਾਰ ਪਾਗਲ ਤਾਂ ਨਹੀਂ ਯਾਰ ਰੋਟੀ ਕਿਉਂ ਨਹੀਂ ਦੇ ਰਿਹਾ ਨਾਲ ਸਾਨੂੰ ਰੋਟੀ ਲਿਆ ਰੋਟੀ ਦੇ ਨਾਲ ਖਾਣਾ ਸੀ ਇੱਥੇ ਲੇਕਿਨ ਰੋਟੀ ਦੀ ਜ਼ਰੂਰਤ ਨਹੀਂ ਲੋਕ ਇੰਝ ਹੀ ਖਾਣਾ ਖਾਂਦੇ ਨੇ ਗੋਸ਼ਤ ਖਾਣਾ ਅਤੇ ਇੰਝ ਹੀ ਖਾਣਾ ਉਹਦੇ ਮਜ਼ੇ ਲੈਣੇ ਨੇ ਰੋਟੀ ਦੇ ਤਾਂ ਨਹੀਂ ਨਾ ਲੈਣੇ ਰੋਟੀ ਆਪਣੀ ਜਾ ਕੇ ਘਰ ਵੀ ਖਾਵਾਂਗੇ ਉਹਦੇ ਮਜ਼ੇ ਆ ਰਹੇ ਨੇ ਖਾਣ ਦੇ ਇੰਜੋਏ ਕਰ ਰਹੇ ਅਸੀਂ ਆਪਣੇ ਸਟੂਡੀਓ 'ਤੇ ਜਦੋਂ ਵੀ ਖਾਧਾ ਨਾ ਰੋਟੀ ਤੋਂ ਬਗੈਰ ਹੀ ਖਾਧਾ ਲੇਕਿਨ ਹੁਣ ਪਤਾ ਲੱਗਾ ਇੱਥੇ ਦੇਖਿਆ ਕਿ ਲੋਕ ਵਾਕਈ ਰੋਟੀ ਤੋਂ ਬਗੈਰ ਹੀ ਖਾਣਾ ਖਾਂਦੇ ਨੇ ਰੋਟੀ ਨਾਲ ਮੈਂ ਕੋਈ ਚੀਜ਼ ਨਹੀਂ ਦੇਖੀ ਲੋਕਾਂ ਨੂੰ ਖਾਂਦੇ ਇੱਥੇ ਲੇਕਿਨ ਗੋਰਾ ਵੀ ਇਹ ਭਾਵੇਂ ਜਿਹੜਾ ਵੀ ਇਹ ਬਗੈਰ ਰੋਟੀ ਦਾ ਇਹਦੇ ਮਜ਼ਾ ਲੈ ਰਿਹਾ ਖਾਣ ਦੇ ਕਿ ਗੋਸ਼ਤ ਖਾਣਾ ਤਾਂ ਗੋਸ਼ਤ ਦਾ ਮਜ਼ਾ ਲੈਣਾ ਰੋਟੀ ਦਾ ਤਾਂ ਨਹੀਂ ਲੈਣਾ ਨਾ ਬਹੁਤ ਅੱਛਾ ਕਰ ਰਹੇ ਨੇ ਬਹੁਤ ਮਜ਼ੇ ਲੈ ਰਹੇ ਨੇ ਵੈਰੀ ਗੁੱਡ ਵਾਹ ਮੈਂ ਵੀ ਕਹਾਂ ਜੀ ਗੋਰੇ ਤੋਂ ਸਮਾਰਟਨੈਸ ਗੋਸ਼ਤ ਖਾਂਦੇ ਹਾਂ ਅਸੀਂ ਰੋਟੀ ਖਾਂਦੇ ਹਾਂ ਅਸੀਂ ਫੁੱਲ ਜਾਂਦੇ ਹਾਂ ਇਹ ਗੋਰੇ ਤੋਂ ਅਸੀਂ ਸਮਾਂ ਸੀ ਕਿਹਾ ਸ਼ਾਇਦ ਰੋਟੀ ਕਿਉਂ ਨਹੀਂ ਦਿੰਦੇ ਅੱਜ ਪਤਾ ਇੱਥੇ ਦੁਬਈ ਜਗ੍ਹਾ ਪਤਾ ਲੱਗਿਆ ਕਿ ਰੋਟੀ ਕਿਉਂ ਨਹੀਂ ਖਾਂਦੇ ਜਿਹਦਾ ਰੋਸਟ ਅਤੇ ਗੋਸ਼ਤ ਹੀ ਖਾਂਦੇ ਨੇ ਗੁਲਸ਼ਰ ਭਾਈ ਸਪਾਈਸੀ ਨਹੀਂ ਹੈਗੇ ਸਪੈਸੀ ਹੈਗੇ ਨਾ ਜਨਾਬ ਸਪੈਸੀ ਬੜੀ ਮਜ਼ੇਦਾਰ ਲੱਗਦੀ ਮੈਨੂੰ ਇਸ ਟਾਈਮ ਭੁੱਖ ਤੇਜ਼ ਨੇ ਕਿੰਨਾ ਤੁਰਦਾ ਫਿਰਦਾ ਰਿਹਾ ਸਾਰੇ ਸਮੁੰਦਰ ਦੀ ਟਰਾਈਆਂ ਸੈਰਾਂ ਕੀਤੀਆਂ ਨੇ ਉਸ ਪੈਸੇ ਵੀ ਅੱਛਾ ਲੱਗ ਰਿਹਾ ਉਹ ਕਹਿੰਦੇ ਛੱਡਣ 'ਤੇ ਵੀ ਨਹੀਂ ਦਿਲ ਕਰ ਰਿਹਾ ਅਤੇ ਖਾਣ 'ਤੇ ਵੀ ਮਿਰਚਾਂ ਵੀ ਤੇਜ਼ ਨੇ ਇਹ ਖਾਣਾ ਹੈ ਜਿਹੋ ਜਿਹੇ ਮਿਰਚਾਂ ਮਜ਼ਾ ਆ ਰਹੀਆਂ ਟੇਸਟ ਆ ਰਿਹਾ ਇਹਨਾਂ ਦਾ ਮਿੱਠਾ ਖੱਟਾ ਖੱਟਾ ਮਿੱਠਾ ਗਿਆ ਹਾਂਜੀ ਖੱਟਾ ਮਿੱਠਾ ਗਿਆ ਤਿੰਨ ਚਾਰ ਬੋਲੀਆਂ ਸੀ ਹਰ ਬੋਲੀ ਦਾ ਆਪਣਾ ਟੇਸਟ ਆਪਣਾ ਜ਼ਾਇਕਾ ਆਪਣਾ ਮਜ਼ਾ ਹੈਗਾ ਹਰ ਚੀਜ਼ ਦਾ ਮਜ਼ਾ ਹੀ ਹੈਗਾ ਖਾਣ ਦਾ ਵੀ ਦੁਬਈ ਦਾ ਵੀ ਸੈਰ ਤਫਰੀ ਦਾ ਵੀ ਫਿਰਨ ਤੁਰਨ ਦਾ ਵੀ ਹਰ ਚੀਜ਼ ਦਾ ਮਜ਼ਾ ਹੀ ਮਜ਼ੇ ਨੇ ਇੱਥੇ ਜ਼ਿੰਦਗੀ ਦੇ ਮਜ਼ੇ ਟੁੱਟ ਰਹੇ ਹਾਂ ਜਿਹੜਾ ਹਾਂਜੀ ਚੱਲ ਸਾਹਿਬ ਕੀ ਹੋਇਆ
ਬਹੁਤ ਸਪਾਈਸੀ ਆ ਜੀ, ਕਿਆ ਬਾਤ ਹੈ। ਮੈਨੂੰ ਇੱਕ ਵਾਰੀ ਤੁਸੀਂ ਸਭ ਤੋਂ ਤੇਜ਼ ਮੇਰੇ 'ਚ ਖਵਾਈ, ਮੈਨੂੰ ਉਹ ਲੱਗ ਰਿਹਾ ਜਿਵੇਂ ਸਭ ਤੋਂ ਤੇਜ਼ ਮੇਰੇ 'ਚ ਇਹਨਾਂ ਦੇ ਵਿੱਚ ਹੀ ਪਾ ਦਿੱਤੀ ਉਹਨਾਂ ਨੇ। ਸੇ ਪਸੀਨਾ ਨਿਕਲਿਆ, ਸਿਰ ਟੋਪੀ ਗਿੱਲੀ ਹੋ ਗਈ, ਭਿੱਜ ਗਿਆ। ਵਾਹ, ਪਾਣੀ ਪੂਣੀ ਕੋਈ ਨਾਲ ਮਿਲੇਗਾ? ਹਾਂਜੀ ਆ ਰਹੀ ਡਰਿੰਕ। ਵਾਹ ਜੀ ਵਾਹ, ਇਹ ਕੀ ਗਿਆ ਡਰਿੰਕ? ਜੇ ਸਾਹਿਬ ਇਹਨੂੰ ਲੈਮਨੇਡ ਕਹਿੰਦੇ ਨੇ। ਲੈਮਨੇਡ, ਵਾਹ ਜੀ ਵਾਹ, ਵਾਕਈ ਲੈਮਨੇਡ। ਅਤੇ ਲੈਮਨ ਵੀ ਕੱਟ ਕੇ ਲਾਇਆ ਇਹਨਾਂ ਨੇ ਉੱਤੇ, ਕਿ ਲੈਮਨ ਦਾ ਵੀ ਹੋਰ ਮਜ਼ਾ, ਅਗਰ ਕੱਟੇ ਤਾਂ ਹੋਰ ਛਿੜਕਾਓ ਵਿੱਚ ਇਹਦੇ। ਹੱਥਾਂ ਨੂੰ ਵੀ ਪਸੀਨਾ ਆ ਗਿਆ, ਗਲਵਸ ਪਾਏ ਨੇ। ਵਾਹ ਜੀ ਵਾਹ, ਬਿਸਮਿਲ੍ਲਾ ਰਹਿਮਾਨ ਰਹੀਮ। ਵਾਹ, ਕਿਆ ਮਜ਼ੇ ਨੇ ਯਾਰ ਇਹਦੇ ਲੈਮਨੇਡ 'ਤੇ। ਕਿੰਨੀਆਂ ਮਿਰਚਾਂ ਲੱਗੀਆਂ ਸੀ, ਮਿਰਚ ਦਾ ਪਤਾ ਨਹੀਂ ਲੱਗਾ ਜੀ ਉਹ ਲੈਮਨੇਡ ਪੀਤਾ, ਕਿ ਕੋਈ ਮਿਰਚ ਖਾਧੀ ਕਿ ਨਹੀਂ ਖਾਧੀ। ਐਸਾ ਜ਼ਾਇਕਾ, ਅਤੇ ਐਸੀ ਚੀਜ਼ ਪਹਿਲੀ ਦਫ਼ਾ ਪੀਤੀ ਹੈ। ਸਾਡੇ ਉੱਥੇ ਬਣਾਉਂਦੇ ਨੇ ਲੈਮਨ ਸ਼ਿਕੰਜਵੀਂ, ਲੇਕਿਨ ਉਹ ਚੀਜ਼ ਨਹੀਂ ਜਿਹਦਾ। ਕਿਆ ਇਹਦੇ ਮਜ਼ੇ ਨੇ, ਅਤੇ ਕਿਆ ਖੁਸ਼ਬੂਆਂ, ਅਤੇ ਕੀ ਜ਼ਾਇਕੇ, ਮੂੰਹ ਦੇ ਵਿੱਚ ਵੀ ਇਹਦੀ ਖੁਸ਼ਬੂ ਆ ਰਹੀ ਹੈ ਕਿ ਕੀ ਚੀਜ਼ ਪੀਤੀ ਜਾ ਰਹੀ ਹੈ। ਬਹੁਤ ਅੱਛਾ ਲੱਗਾ। ਲਓ ਜੀ ਹੁਣ ਦੇਸੀ ਕੰਮ ਸ਼ੁਰੂ ਹੋਣ ਲੱਗਾ ਸਾਡਾ। ਗਰਮ ਹੋਇਆ ਸੀ, ਅੱਗ ਲੱਗੀ ਸੀ, ਇਹਨੇ ਜਾਂਦੇ ਪਾਣੀ ਪਾ ਤੇ, ਇੰਨਾ ਠੰਡਾ ਹੋ ਗਿਆ ਢਿੱਡ, ਸਵਾਦ ਆ ਗਿਆ। ਕਿ ਬਹੁਤ ਅੱਛਾ ਲੱਗਾ, ਬੜਾ ਮਜ਼ਾ ਆਇਆ। ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਬਾਓ, ਆਪਣੇ ਦੋਸਤਾਂ ਨੂੰ ਸ਼ੇਅਰ ਕਰੋ, ਅਤੇ ਸਾਨੂੰ ਫਿਰ ਇਜਾਜ਼ਤ ਦਿਓ, ਫਿਰ ਮਿਲਾਂਗੇ ਇਨਸ਼ਾਅੱਲਾ। ਅੱਲਾ ਹਾਫਿਜ਼।